ਅਯੋਧਿਆ ਵਿੱਚ ਅੱਜ ਰਾਮ ਦੇ ਸਵਾਗਤ ਦੇ ਲਈ ਸ਼ਰਧਾਲੂਆਂ ਨੇ ਉੱਤਰੀ ਭਾਰਤ ਦੇ ਤਿੰਨੇ ਰਾਜਾਂ ਯਾਨੀ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ ਸ਼ੋਭਾ ਯਾਤਰਾ ਅਤੇ ਪੈਦਲ ਮਾਰਚ ਕੱਢਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਚਾਰੇ ਰਾਜਾਂ ਦੇ ਵਿੱਚ ਹਜ਼ਾਰਾਂ ਵੱਡੀਆਂ ਸਕਰੀਨਾਂ ਅਤੇ LEDਾਂ ਲਗਾਈਆਂ ਜਾਣਗੀਆਂ, ਜਿਹਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਜਿਹੜੇ ਕਿ ਲਾਈਵ ਦਿਖਾਇਆ ਜਾਵੇਗਾ। ਤਾਂ ਅੱਜ ਅਯੋਧਿਆ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਰਾਮ ਨਾਮ ਨੂੰ ਲੈ ਕੇ ਅੱਜ ਆਸਮਾਨ ਆਵਾਜ਼ ਛੂਣ ਵਾਲੀ ਹੈ। ਜਿਉਂ ਤੁਹਾਨੂੰ ਦੱਸ ਦਈਏ ਕਿ ਅੱਜ ਸੂਬੇ ਭਰ ਦੇ ਵਿੱਚ ਜਿਹੜਾ ਹੈ ਕਿ ਚਾਰੇ ਪਾਸੇ ਸੰਗਤਾਂ ਜਿਹੜੀਆਂ ਨੇ ਰਾਮ ਨਾਮ ਦੇ ਵਿੱਚ ਜਿਹੜੀ ਕਿ ਲੀਨ ਹੁੰਦੀਆਂ ਨਜ਼ਰ ਆਉਣਗੀਆਂ। ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅਯੋਧਿਆ ਹੀ ਨਹੀਂ ਅੱਜ ਦੁਨੀਆ ਭਰ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਅੱਜ ਰਾਮ ਨਾਮ ਦੀ ਮਸਤੀ ਦੇ ਵਿੱਚ ਝੂਮਦੇ ਹੋਏ ਨਜ਼ਰ ਆਉਣਗੇ, ਕਿਉਂਕਿ ਇਸ ਦਿਨ ਦਾ ਸਭ ਨੂੰ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਤਾਂ 2 ਜਨਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਬੱਚਿਆਂ ਨੇ ਸ਼੍ਰੀ ਰਾਮ ਦੀ ਮਨੁੱਖੀ ਚੇਨ ਬਣਾਈ ਹੈ। ਅੱਜ ਦੁਪਹਿਰ 2 ਤੋਂ ਸ਼ਾਮ 4 ਵਜੇ ਤੱਕ ਸ਼੍ਰੀ ਰਾਮ ਭਗਤਾਂ ਵੱਲੋਂ ਇੱਕ ਪੈਦਲ ਯਾਤਰਾ ਵੀ ਕੱਢੀ ਜਾਵੇਗੀ। ਇਹ ਯਾਤਰਾ ਹਾਲ ਗੇਟ ਤੋਂ ਸ਼ੁਰੂ ਹੋ ਕੇ ਦੁਰਗਿਆਨਾ ਮੰਦਿਰ ਤੱਕ ਜਾਵੇਗੀ। ਸ਼ਰਧਾਲੂਆਂ ਦੇ ਸਵਾਗਤ ਦੇ ਲਈ ਇੱਥੇ ਸੁੰਦਰ ਰੋਸ਼ਨੀ ਲਗਾਈ ਗਈ ਹੈ। ਤਾਂ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਵੀ ਸ਼੍ਰੀ ਰਾਮ ਦੇ ਸਵਾਗਤ ਦੇ ਲਈ ਝਾਕੀਆਂ ਕੱਢੀਆਂ ਜਾਣਗੀਆਂ ਅਤੇ ਲੋਕਾਂ ਦੇ ਵਿੱਚ ਅੱਜ ਭਾਰੀ ਉਤਸ਼ਾਹ ਜਿਹੜਾ ਕਿ ਵੇਖਣ ਨੂੰ ਮਿਲ ਰਿਹਾ। 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਅੱਜ ਰਾਮ ਜੀ ਜਿਹੜੇ ਨੇ ਆਪਣੇ ਘਰ ਯਾਨੀ ਕਿ ਅਯੋਧਿਆ ਅੱਜ ਵਾਪਸ ਲੌਟਣਗੇ। ਅਯੋਧਿਆ ਵਿੱਚ ਅੱਜ ਰਾਮ ਦੇ ਸਵਾਗਤ ਦੇ ਲਈ ਸ਼ਰਧਾਲੂਆਂ ਨੇ ਉੱਤਰੀ ਭਾਰਤ ਦੇ ਤਿੰਨੇ ਰਾਜਾਂ ਯਾਨੀ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਵਿੱਚ ਸ਼ੋਭਾ ਯਾਤਰਾ ਅਤੇ ਪੈਦਲ ਮਾਰਚ ਕੱਢਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅੱਜ ਚਾਰੇ ਰਾਜਾਂ ਦੇ ਵਿੱਚ ਹਜ਼ਾਰਾਂ ਵੱਡੀਆਂ ਸਕਰੀਨਾਂ ਅਤੇ LEDਾਂ ਲਗਾਈਆਂ ਜਾਣਗੀਆਂ, ਜਿਹਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਜਿਹੜੇ ਕਿ ਲਾਈਵ ਦਿਖਾਇਆ ਜਾਵੇਗਾ। ਤਾਂ ਅੱਜ ਅਯੋਧਿਆ ਹੀ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਰਾਮ ਨਾਮ ਨੂੰ ਲੈ ਕੇ ਅੱਜ ਆਸਮਾਨ ਆਵਾਜ਼ ਛੂਣ ਵਾਲੀ ਹੈ। ਜਿਉਂ ਤੁਹਾਨੂੰ ਦੱਸ ਦਈਏ ਕਿ ਅੱਜ ਸੂਬੇ ਭਰ ਦੇ ਵਿੱਚ ਜਿਹੜਾ ਹੈ ਕਿ ਚਾਰੇ ਪਾਸੇ ਸੰਗਤਾਂ ਜਿਹੜੀਆਂ ਨੇ ਰਾਮ ਨਾਮ ਦੇ ਵਿੱਚ ਜਿਹੜੀ ਕਿ ਲੀਨ ਹੁੰਦੀਆਂ ਨਜ਼ਰ ਆਉਣਗੀਆਂ। ਤਾਂ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਅਯੋਧਿਆ ਹੀ ਨਹੀਂ ਅੱਜ ਦੁਨੀਆ ਭਰ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਅੱਜ ਰਾਮ ਨਾਮ ਦੀ ਮਸਤੀ ਦੇ ਵਿੱਚ ਝੂਮਦੇ ਹੋਏ ਨਜ਼ਰ ਆਉਣਗੇ, ਕਿਉਂਕਿ ਇਸ ਦਿਨ ਦਾ ਸਭ ਨੂੰ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਤਾਂ 2 ਜਨਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਈ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਬੱਚਿਆਂ ਨੇ ਸ਼੍ਰੀ ਰਾਮ ਦੀ ਮਨੁੱਖੀ ਚੇਨ ਬਣਾਈ ਹੈ। ਅੱਜ ਦੁਪਹਿਰ 2 ਤੋਂ ਸ਼ਾਮ 4 ਵਜੇ ਤੱਕ ਸ਼੍ਰੀ ਰਾਮ ਭਗਤਾਂ ਵੱਲੋਂ ਇੱਕ ਪੈਦਲ ਯਾਤਰਾ ਵੀ ਕੱਢੀ ਜਾਵੇਗੀ। ਇਹ ਯਾਤਰਾ ਹਾਲ ਗੇਟ ਤੋਂ ਸ਼ੁਰੂ ਹੋ ਕੇ ਦੁਰਗਿਆਨਾ ਮੰਦਿਰ ਤੱਕ ਜਾਵੇਗੀ। ਸ਼ਰਧਾਲੂਆਂ ਦੇ ਸਵਾਗਤ ਦੇ ਲਈ ਇੱਥੇ ਸੁੰਦਰ ਰੋਸ਼ਨੀ ਲਗਾਈ ਗਈ ਹੈ। ਤਾਂ ਜਲੰਧਰ ਅਤੇ ਲੁਧਿਆਣਾ ਦੇ ਵਿੱਚ ਵੀ ਸ਼੍ਰੀ ਰਾਮ ਦੇ ਸਵਾਗਤ ਦੇ ਲਈ ਝਾਕੀਆਂ ਕੱਢੀਆਂ ਜਾਣਗੀਆਂ ਅਤੇ ਲੋਕਾਂ ਦੇ ਵਿੱਚ ਅੱਜ ਭਾਰੀ ਉਤਸ਼ਾਹ ਜਿਹੜਾ ਕਿ ਵੇਖਣ ਨੂੰ ਮਿਲ ਰਿਹਾ। 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਅੱਜ ਰਾਮ ਜੀ ਜਿਹੜੇ ਨੇ ਆਪਣੇ ਘਰ ਯਾਨੀ ਕਿ ਅਯੋਧਿਆ ਅੱਜ ਵਾਪਸ ਲੌਟਣਗੇ।